ਇੱਕ ਪਾਸੇ ਜਿੱਥੇ ਦੀਵਾਲੀ ਦੀਆਂ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਲੋਕ ਮਠਿਆਈਆਂ, ਕੱਪੜੇ ਅਤੇ ਹੋਰ ਸਾਜੋ ਸਮਾਨ ਖਰੀਦ ਰਹੇ ਹਨ, ਪਰ ਉੱਥੇ ਹੀ ਪ੍ਰਵਾਸੀ ਮਜ਼ਦੂਰਾਂ ਲਈ ਦੀਵਾਲੀ ਦਾ ਕੋਈ ਮਤਲਬ ਨਹੀਂ। ਇਸ ਮੌਕੇ ਤੇ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਲਈ ਕੰਮ ਹੀ ਦੀਵਾਲੀ ਹੈ, ਕਿਉਂਕਿ ਪਿਛਲੇ 10 ਸਾਲਾਂ ਤੋਂ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਦੀਵਾਲੀ ਨਹੀਂ ਮਨਾਈ। ਉਹ ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬ ਦੀਆਂ ਮੰਡੀਆਂ 'ਚ ਹੀ ਕੰਮ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਦੀਵਾਲੀ ਮਨਾਉਣ ਲਈ ਉਨ੍ਹਾਂ ਨੂੰ ਕੰਮ ਤੋਂ ਛੇਤੀ ਵਿਹਲ ਨਹੀਂ ਮਿਲਦੀ, ਉਨ੍ਹਾਂ ਲਈ ਦੀਵਾਲੀ ਪੰਜਾਬ ਦੀਆਂ ਮੰਡੀਆਂ ਹੀ ਹਨ। ਤੇ ਕੈਸੀ ਮਨਾ ਰਹੇ, ਕੈਸੇ ਮਨਾ ਰਹੇ ਹੋ ਦੀਵਾਲੀ? ਜਿਹੜੀ ਦੀਵਾਲੀ ਆਪਣੇ ਯਹਾਂ ਮੰਡੀ ਮੇ ਮਨਾ ਰਹੇ ਹੈ, ਆਪਣੇ ਪੇਟ ਵਾਸਤੇ, ਬਾਲ ਬੱਚਾ ਕੇ ਵਾਸਤੇ, ਔਰ ਹਰ ਸਾਲ ਘਰ ਮੇ ਮਨਾਤੇ ਥੇ, ਦੋ ਸਾਲ ਸੇ ਮੰਡੀ ਮਨਾ ਰਹੇ ਹੈ। ਦੋ ਸਾਲ ਸੇ ਘਰ ਸੇ ਨਹੀਂ ਮਨਾਈ? ਨਹੀਂ, ਮੰਡੀ ਮੇ ਮਨਾਈ ਹੈ। ਮੰਡੀ ਮਨਾਈ। ਤੇ ਕੈਸੇ ਮਨਾਤੇ ਹੋ ਕਾਮ ਸੇ ਫ੍ਰੀ ਹੋ ਕਰ? ਕਾਮ ਫ੍ਰੀ ਕਾ ਕਾਮ ਮੇ ਕਰਤੇ ਹੈ, ਕਾਮ ਆਬ ਰਾਤ ਮੇ ਫ੍ਰੀ ਹੋਗੇ ਤਬ ਮਨਾਏਂਗੇ। ਹਾਂ, ਫ੍ਰੀ ਨਹੀਂ ਹੋਤੇ ਗੇ? ਅਭੀ ਫ੍ਰੀ ਹੈ, ਦੋ ਤਿੰਨ ਘੰਟਾ ਬਾਅਦ ਹੋਗੇ ਫ੍ਰੀ। ਅੱਛਾ, ਫਿਰ ਰਲ ਮਿਲ ਕੇ ਮਨਾਤੇ ਹੋ ਦਿਵਾਲੀ? ਹਾਂ, ਰਲ ਮਿਲ ਕੇ ਬਣਾਏ। ਗਾਂਧੀ ਰਿਸ਼ੀ ਹੈ। ਗਾਂਧੀ ਰਿਸ਼ੀ ਕਬ ਦੀਵਾਲੀ ਕੈਸੇ ਮਨਾਤੇ ਹੋ? ਕੈਸੇ ਮਨਾਤੇ ਹੈ, ਜਬ ਘਰ ਪਰ ਆਤੇ ਤੋ ਬੀਬੀ ਕੇ ਸਾਥ ਮਨਾਤੇ ਹੈ। ਹਾਂਜੀ, ਉਸਕਾ ਬਾਅਦ ਯਹਾਂ ਪਰ ਰਹੇ ਮੰਡੀ ਮੇ, ਤੇ ਮੰਡੀ ਮੇ ਜਾਤੇ ਹੈ ਮਨਾਇਆ। 10 ਸਾਲ ਸੇ ਮੈਂ ਦੇ ਪੰਜਾਬੇ ਭਰ ਮੇ ਮੰਡੀ ਮੇ ਬਨਾਤੇ ਹੈ। 10 ਸਾਲ ਸੇ ਮੰਡੀ ਮੇ? ਹਾਂ, 10 ਸਾਲ ਸੇ। ਇਹ ਯਹਾਂ ਪਰ ਕੈਸੇ ਮਨਾਤੇ ਹੋ ਫ੍ਰੀ ਹੋ ਕਰ ਕਾਮ ਸੇ? ਯਹਾਂ ਸੇ ਕਾਮ ਵਾਪਸ ਅਤੇ ਕਰਕੇ ਮੁਕਾ ਕੇ ਆਪਣਾ ਫ੍ਰੀ ਕਰਕੇ ਉਸਕਾ ਬਾਅਦ ਮਨਾਉਂਗਾ। ਦੋਸਤੋ ਤੋ ਮਨਾਤੇ ਹੈ? ਹਾਂ, ਸਾਰੇ ਦੋਸਤ ਮਿਲ ਕੇ। 10 ਸਾਲ ਹੋ ਗਿਆ? ਹਾਂ ਜੀ, 10। ਪਰਿਵਾਰ ਕੇ ਸਾਥ ਨਹੀਂ ਦੀਵਾਲੀ ਮਨਾਇਆ? ਨਹੀਂ, ਪਰਿਵਾਰ ਸਾਥ ਕਦੇ ਨਹੀਂ।